ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਸੋਹਣ ਸਿੰਘ ਠੰਡਲ ਵੱਲੋਂ ਫਗਵਾੜਾ ਦੇ ਬੱਸ ਸਟੈਂਡ ਨਜ਼ਦੀਕ ਆਪਣਾ ਮੁੱਖ ਚੋਣ ਦਫ਼ਤਰ ਖੋਲ੍ਹਿਆ ਗਿਆ। ਇਸ ਦੌਰਾਨ ਸਮੂਹ ਪਾਰਟੀ ਵਰਕਰਾਂ ਵੱਲੋਂ ਜਿੱਥੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਪਾਰਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ, ਉੱਥੇ ਕੀਰਤਨੀ ਜਥਿਆਂ ਵੱਲੋਂ ਕੀਰਤਨ ਵੀ ਕੀਤਾ ਗਿਆ। ਇਸ ਮੁੱਖ ਚੋਣ ਦਫ਼ਤਰ ਦੇ ਉਦਘਾਟਨ ਮੌਕੇ ਸੋਹਣ ਸਿੰਘ ਠੰਡਲ ਵੀ ਮੌਜੂਦ ਸਨ, ਜਦਕਿ ਉਹਨਾਂ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਪਹੁੰਚੇ। ਇਸ ਮੌਕੇ ਸੋਹਣ ਸਿੰਘ ਠੰਡਲ ਨੇ ਕਿਹਾ ਕਿ ਇਹਨਾਂ ਚੋਣਾਂ ਨੂੰ ਲੈ ਕੇ ਵੋਟਰਾਂ ਦੇ ਨਾਲ ਨਾਲ ਪਾਰਟੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਉਹਨਾਂ ਨੂੰ ਉਮੀਦ ਹੈ ਕਿ ਇਸ ਵਾਰ ਹਲਕਾ ਵਾਸੀ ਉਹਨਾਂ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਮੈਂਬਰ ਪਾਰਲੀਮੈਂਟ ਬਣਾਉਣਗੇ। ਸਭ ਤੋਂ ਪਹਿਲਾਂ ਅਕਾਲ ਪੁਰਖ ਦਾ ਵਾਹਿਗੁਰੂ ਦਾ ਉਹ ਆਸਰਾ ਲਿਆ, ਸੁਖਮਨੀ ਸਾਹਿਬ ਦੇ ਜਾਪ ਹੋਏ ਹੈ ਔਰ ਗੁਰੂ ਮਹਾਰਾਜ ਨੇ ਅੱਗੇ ਅਰਦਾਸ ਬੇਨਤੀ ਕੀਤੀ ਹੈ ਕਿ ਜੋ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀ ਬਿਹਤਰੀ ਵਾਸਤੇ, ਪੰਜਾਬ ਦੇ ਹੱਕਾਂ ਨੇ ਪੰਜਾਬ ਨੂੰ ਬਚਾਉਣ ਵਾਸਤੇ ਇਹ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੈ, ਇਹਦੇ ਵਿੱਚ ਅਕਾਲ ਪੁਰਖ ਕਿਰਪਾ ਕਰਨ ਕਿ ਆਪਣੇ ਪੰਥ ਦੀ ਜੋ ਨੁਮਾਇੰਦਾ ਜਥੇਬੰਦੀ ਆ, ਜਮਾਤ ਆ, ਉਹਦੇ ਜਿੰਨੇ ਵੀ ਕੈਂਡੀਡੇਟ ਵਾ, ਉਹਨਾਂ ਨੂੰ ਵੱਡੀ ਜਿੱਤ ਦੇ ਕੇ ਜਿੱਥੇ ਪਾਰਟੀ ਦਾ ਮਾਣ ਵਧੇ, ਉੱਥੇ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਜੋ ਆਵਾਜ਼ ਪਹਿਲੇ ਸਾਡੇ ਪੰਜਾਬ ਤੋਂ ਸਾਡੇ ਭੈਣ ਜੀ ਵੀ ਭਰ ਸਿਮਰ ਤੋਂ ਬਾਦਲ ਇਕੱਲਿਆਂ ਤੌਰ ਦੇ ਉੱਪਰ ਉੱਥੇ ਆਵਾਜ਼ ਆਪਣੀ ਬੁਲੰਦ ਕਰਦੇ ਹੈ, ਇਸ ਵੇਲੇ ਆਪਾਂ ਵੱਡੀ ਗਿਣਤੀ ਦੇ ਵਿੱਚ ਹੋਰ ਮੈਂਬਰ ਜਿੱਤ ਕੇ ਲੱਗੇ ਅਤੇ ਇਹ ਪੰਜਾਬ ਦੀ ਆਵਾਜ਼ ਹੋਰ ਉੱਥੇ ਗੂੰਜ ਸਕੇ, ਜਿਹੜੇ ਮਸਲਿਆਂ ਲਈ ਅੱਜ ਪੰਜਾਬ ਆਪਾਂ, ਚਾਹੇ ਪੰਜਾਬ ਦਾ ਕਿਸਾਨ ਹੈ, ਚਾਹੇ ਮੁਲਾਜ਼ਮ ਆ, ਜਾਂ ਹੋਰ ਸਾਡੇ ਧਾਰਮਿਕ ਇਸ਼ੂ ਨੇ, ਉਹਨਾਂ ਲਈ ਜੋ ਸਾਡੀਆਂ ਜਥੇਬੰਦੀਆਂ ਜੂਝ ਰਹੀਆਂ, ਉਹਨਾਂ ਦੀ ਆਵਾਜ਼ ਬੁਲੰਦ ਹੋ ਸਕੇ। ਕਿਉਂਕਿ ਸ਼ਾਮ ਦਾ ਟਾਈਮ ਆ, ਤੁਸੀਂ ਆਪਣੇ ਸਵੇਰ ਨੂੰ ਕੰਮ ਕੁੰਮ ਨਿਬੇੜ ਕੇ ਆਪਣੇ ਸਾਰਾ ਕੁਛ ਕਰਕੇ ਅਤੇ ਚੰਗੇ ਬਕਸਰ ਆ ਕੇ ਪਿੰਡਾਂ ਦੇ ਵਿੱਚੋਂ ਜਿਵੇਂ ਆਪਾਂ ਜਾਇਜ਼ਾ ਟਰਾਲੀਆਂ ਭਰ ਕੇ ਦਿੱਲੀ ਨੂੰ ਮੋਰਚੇ ਨੂੰ, ਜਿਵੇਂ ਟਰਾਲੀਆਂ ਭਰ ਕੇ ਟਰੈਕਟਰ ਭਰਫਾ ਲੈ ਕੇ ਆਓ ਅਤੇ ਹਾਰ ਭਰ ਕੇ ਸਾਰੀ ਜੀਡੀ ਰੋਡ ਭਰ ਜਾਏ, ਪਤਾ ਲੱਗਿਆ ਕਿ ਫੁਆੜੇ ਦੇ ਵਿੱਚ ਅੱਜ ਅਕਾਲੀ ਦਲ ਦਾ ਹੜ ਆਇਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਨਾ ਨੇ ਕਿਹਾ ਕਿ 1985 ਤੋਂ ਬਾਅਦ ਅਕਾਲੀ ਦਲ ਇਕੱਲਿਆਂ ਹੀ ਹਲਕਾ ਹੁਸ਼ਿਆਰਪੁਰ ਤੋਂ ਚੋਣ ਨਿਸ਼ਾਨ ਤੱਕੜੀ 'ਤੇ ਚੋਣ ਲੜਨ ਜਾ ਰਿਹਾ ਹੈ। ਉਹਨਾਂ ਹਲਕੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਇਹਨਾਂ ਚੋਣਾਂ ਵੀ ਸਰਦਾਰ ਸੋਹਣ ਸਿੰਘ ਠੰਡਲ ਨੂੰ ਵੱਡੇ ਮਾਰਜਨ ਨਾਲ ਜਿਤਾਉਣ ਤਾਂ ਜੋ ਪੰਜਾਬ ਦੇ ਰੁਕੇ ਹੋਏ ਕੰਮਾਂ ਨੂੰ ਪਹਿਲ ਦੇ ਆਧਾਰ 'ਤੇ ਕਰਵਾਇਆ ਜਾ ਸਕੇ। ਉਹਨਾਂ ਨਾਲ ਹੀ ਸਾਰੇ ਹੀ ਪਾਰਟੀ ਵਰਕਰਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਚੋਣ ਮੁਹਿੰਮ ਵਿੱਚ ਆਪਣਾ ਬੜਮੁੱਲਾ ਯੋਗਦਾਨ ਪਾਇਆ ਹੈ। ਇਸ ਦੌਰਾਨ ਉਹਨਾਂ ਦੱਸਿਆ ਕਿ ਮਿਤੀ 15 ਮਈ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਗਵਾੜਾ ਵਿਖੇ ਵੱਡੀ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨ 1985 ਤੋਂ ਬਾਅਦ ਇਹ ਹੁਸ਼ਿਆਰਪੁਰ ਪਾਰਲੀਮੈਂਟ ਦੀ ਚੋਣ ਜਿਹੜੀ ਆ ਉਹ ਸ਼੍ਰੋਮਣੀ ਅਕਾਲੀ ਦਲ ਆਪਣੇ ਤੌਰ 'ਤੇ ਲੜਨ ਜਾ ਰਿਹਾ, ਕਿਉਂਕਿ ਵਿੱਚ ਵਿਚਾਲੇ ਕਦੇ ਬਹੁਜਨ ਸਮਾਜ ਪਾਰਟੀ ਨਾਲ ਸਮਝੌਤਾ ਹੋ ਜਾਂਦਾ ਸੀ, ਕਦੇ ਕਮਲ ਦੇ ਫੁੱਲ ਨਾਲ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਹੋ ਜਾਂਦਾ ਸੀ, ਪਰ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਨੇ ਇਕੱਲੇ ਤੌਰ 'ਤੇ ਚੋਣ ਲੜਨ ਦਾ ਨਿਰਣਾ ਲਿਆ। ਸਾਰੇ ਪੰਜਾਬ ਦੇ ਵਿੱਚ 13 ਸੀਟਾਂ ਅਤੇ 14ਵੀਂ ਚੰਡੀਗੜ੍ਹ ਵਾਲੀ, ਅਤੇ ਇਸ ਹਲਕੇ ਤੋਂ ਸਰਦਾਰ ਸੋਹਣ ਸਿੰਘ ਠੰਡਲ ਜਿਹੜੇ ਸਾਬਕਾ ਮੰਤਰੀ 2 ਵਾਰੀ ਰਹੇ, 4 ਵਾਰੀ MLA, ਉਹਨਾਂ ਨੂੰ ਇੱਥੋਂ ਬਤੌਰ ਉਮੀਦਵਾਰ ਐਲਾਨਿਆ ਗਿਆ। ਅਤੇ ਮੈਂ ਦੇਖਦਾ ਭਾਵੇਂ 9 ਹਲਕੇ
6 ਹਲਕੇ ਹੁਸ਼ਿਆਰਪੁਰ ਦੇ, 2 ਕਪੂਰਥਲੇ ਦੇ, 1 ਸ਼੍ਰੀ ਹਰਗੋਬਿੰਦਪੁਰ ਗੁਰਦਾਸਪੁਰ ਦਾ। ਸਾਰਿਆਂ ਦੇ ਵਿੱਚ ਬੜਾ ਤੁਸੀਂ ਵੀ ਆਪ ਦੇਖਦੇ ਆ ਵਰਕਰਾਂ ਦੇ ਵਿੱਚ ਚਾਹ ਅਤੇ ਉਤਸ਼ਾਹ ਆ, ਇਲੈਕਸ਼ਨ ਹੋਣ ਦੀ ਚਾਹ ਅਤੇ ਉਤਸ਼ਾਹ ਵਾਲੀ ਆ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿਉਂਕਿ ਆ ਹੁਣ ਤੱਕ ਜਿਹੜੇ 3 ਫੇਜ਼ ਹੋਏ ਆ ਇਹਨਾਂ ਦੇ ਵਿੱਚ ਬਹੁਤ ਲੋ ਪ੍ਰੋਫਾਈਲ ਪੋਲਿੰਗ ਹੋਈ ਆ ਛੁੱਟ ਬੇ ਆਪਣੇ ਵੈਸਟ ਬੰਗਾਲ ਨੂੰ ਛੱਡ ਕੇ, ਅਤੇ ਮੈਂ ਸਾਰੇ ਪੰਜਾਬ ਦੇ ਵੋਟਰਾਂ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ 1 ਜੂਨ ਨੂੰ ਆਪਾਂ ਆਪਣੀਆਂ ਵੋਟਾਂ ਪਾਈਏ ਅਤੇ ਇੱਥੋਂ ਆਪਣੇ ਉਮੀਦਵਾਰ ਸਰਦਾਰ ਸੋਹਣ ਸਿੰਘ ਠੰਡਲ ਜਿਹਨਾਂ ਦਾ ਚੋਣ ਨਿਸ਼ਾਨ ਤੱਕੜੀ ਆ ਉਹਦੇ ਬਟਨ ਦਵਾ ਕੇ ਇਹਨਾਂ ਨੂੰ। 1985 ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਹੁਸ਼ਿਆਰਪੁਰ ਹਲਕੇ 'ਚ ਤੱਕੜੀ ਦੇ ਨਿਸ਼ਾਨ 'ਤੇ ਚੋਣ ਲੜਨ ਜਾ ਰਿਹਾ, ਜਿੱਥੋਂ ਲੋਕ ਸਭਾ ਨੇ ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਸਰਦਾਰ ਸੋਹਣ ਸਿੰਘ ਠੰਡਲ ਜੀ ਨੂੰ ਇੱਥੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਬਣਾਇਆ। ਫਗਵਾੜਾ ਹਲਕਾ ਹੁਸ਼ਿਆਰਪੁਰ ਦੇ ਲੋਕ ਸਭਾ ਹਲਕੇ ਜਾਂਦਾ ਵਾ। ਅੱਜ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਇੱਥੇ ਖੋਲ੍ਹਿਆ ਗਿਆ, ਜਿਸ ਵਿੱਚ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਇੱਥੇ ਆਏ। ਉਹਨਾਂ ਨੇ ਆ ਕੇ ਰਸਮੀ ਤੌਰ 'ਤੇ ਗੁਰੂ ਸਾਹਿਬ ਦਾ ਓਟ ਆਸਰਾ ਲੈਂਦੇ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਇੱਥੇ ਉਹਨਾਂ ਨੇ ਆ ਕੇ ਵਰਕਰਾਂ ਨੂੰ ਸੰਬੋਧਨ ਕੀਤਾ, ਅਹੁਦੇਦਾਰਾਂ ਨੂੰ ਸੰਬੋਧਨ ਕੀਤਾ। ਅਤੇ ਮੈਂ ਸਮਝਦਾ ਇੱਕ ਬਹੁਤ ਵੱਡਾ ਉਤਸ਼ਾਹ ਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਫਗਵਾੜਾ ਦੇ ਸਮੂਹ, ਚਾਹੇ ਉਹ ਦਿਹਾਤੀ ਦੇ ਹੋਣ ਚਾਹੇ ਉਹ ਸ਼ਹਿਰੀ ਦੇ ਹੋਣ, ਸਾਡੇ ਵਰਕਰਾਂ ਅਹੁਦੇਦਾਰਾਂ 'ਚ। ਅਤੇ ਇਹ ਜਿੱਤ ਅਸੀਂ ਵੱਡੀ ਲੀਡਰਾਂ ਅਸੀਂ ਇਹ ਸੀਟ ਜਿੱਤਾਂਗੇ ਵੀ ਫਗਵਾੜਾ ਹਲਕੇ ਤੋਂ ਵੀ। ਜੋ ਅੱਜ ਤੱਕ ਦੇ ਰੁਝਾਨ ਆ ਰਹੇ ਆ ਜਿਸ ਤਰ੍ਹਾਂ ਅਸੀਂ ਜਾ ਰਹੇ ਪਿੰਡਾਂ 'ਚ ਜਾਂ ਸ਼ਹਿਰਾਂ 'ਚ ਵਾਰਡਾਂ 'ਚ, ਤਾਂ ਸਾਨੂੰ ਲੋਕ ਆਪ ਮੁਹਾਰੇ ਕਹਿੰਦੇ ਆ ਕਿ ਅਗਰ ਕਿਸੇ ਨੇ ਵਿਕਾਸ ਕਰਾਇਆ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕਰਾਇਆ। ਇਸ ਮੌਕੇ 'ਤੇ ਦਿਹਾਤੀ ਇੰਚਾਰਜ ਰਜਿੰਦਰ ਸਿੰਘ ਚੰਦੀ, ਅੰਮ੍ਰਿਤਪਾਲ ਸਿੰਘ ਕੁਲਾਰ, ਲਵਲੀ ਵਾਲੀਆ, ਗੁਰਮੀਤ ਸਿੰਘ ਮੰਗੀ, ਰਣਜੀਤ ਜੀਤੀ, ਸਤਨਾਮ ਸਿੰਘ ਅਰਸ਼ੀ, ਗੁਰਦੀਪ ਸਿੰਘ ਖੇੜਾ, ਜਥੇਦਾਰ ਸਰੂਪ ਸਿੰਘ ਖਲਵਾੜਾ, ਅਵਤਾਰ ਸਿੰਘ ਭੁੰਗਨੀ, ਬਹਾਦਰ ਸਿੰਘ ਸੰਗਤਪੁਰ, ਪਰਮਜੀਤ ਕੌਰ ਕੰਬੋਜ, ਸੁਖਵੀਰ ਸਿੰਘ ਕਿੰਦੜਾ, ਬਲਜਿੰਦਰ ਸਿੰਘ ਠੇਕੇਦਾਰ, ਬੀਬੀ ਸਰਬਜੀਤ ਕੌਰ, ਜਸਵਿੰਦਰ ਸਿੰਘ ਭਗਤਪੁਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਦਲ ਬਾਦਲ ਦੇ ਵਰਕਰ ਅਤੇ ਪਤਵੰਤੇ ਮੌਜੂਦ ਸਨ।